ਸੁਖਬੀਰ ਸਿੰਘ ਬਾਦਲ ਕਹਿ ਰਹੇ ਨੇ ਵੀ 2 ਤਰੀਕ ਨੂੰ ਰੈਲੀ ਕੀਤੀ ਸੀ ਵੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਹਲਕੇ ਦੇ ਵਿੱਚ ਲੋਕਾਂ ਨੂੰ ਪੈਸੇ ਦੇ ਕੇ ਗੁਰਦੁਆਰੇ ਦੇ ਨਾਲ ਲੱਖ ਲੱਖ 2-2 ਲੱਖ ਰੁਪਏ ਜਾਣ ਬੁੱਝ ਕੇ ਕੱਟ ਕੀਤੇ ਜੀ। ਨਹੀਂ ਦੇਖੋ ਸਾਰੇ ਗੱਲਾਂ ਬੇਬੁਨਿਆਦ ਨੇ, ਸਾਡੇ ਪੈਸੇ ਤਾਂ ਪਹਿਲਾਂ ਵੀ ਦਿੰਦੇ ਆ ਅਸੀਂ ਤਾਂ ਗੁਰੂ ਘਰਾਂ ਨੂੰ ਵੀ ਸ਼ੁਰੂ ਤੋਂ, ਅੱਜ ਤਾਂ ਕੋਈ ਨਵੀਂ ਨਹੀਂ ਦੇਣ ਲੱਗੇ ਵੀ ਰੈਲੀ 'ਤੇ ਹੀ ਦੇਣ ਲੱਗਿਆ, ਇਹ ਤਾਂ ਪਹਿਲਾਂ 'ਤੇ ਵੀ ਪੈਸੇ ਮਿਲਦੇ ਨੇ ਅਤੇ ਇਸ ਕਰਕੇ ਇਹਨਾਂ ਨੇ ਜ਼ਰੂਰ ਜਿਹੜੀ ਪਾਰਲੀਮੈਂਟ ਕੋਟਾ ਹੈਗਾ ਪਹਿਲਾਂ ਕਿਤੇ ਨਹੀਂ ਵੰਡਿਆ ਇਹਨਾਂ ਨੇ, ਤੁਸੀਂ ਆਪ ਹੀ ਦੇਖਿਆ ਹੋਣਾ, ਔਰ ਹੁਣ ਇਹ ਸਾਰੇ ਸਰਪੰਚਾਂ ਨੂੰ ਲਾਲਚ ਦਿੱਤਾ ਇਹਨਾਂ ਨੇ ਪਾਰਲੀਮੈਂਟ ਕੋਟੇ 'ਚ ਵੀ ਤੁਹਾਨੂੰ 2 ਲੱਖ ਦੇਵਾਂਗੇ, ਕਿਸੇ ਨੂੰ 4 ਲੱਖ ਦੇਵਾਂਗੇ, ਇਹ ਲਾਲਚ ਦੇ ਕੇ ਇਹਨਾਂ ਨੇ ਜਿਹੜੀਆਂ ਆਪਣੀਆਂ ਬੱਸਾਂ ਭਰੀਆਂ ਨੇ ਸਰਪੰਚਾਂ ਨੂੰ ਲਾਲਚ ਦੇ ਕੇ, ਆਪਾਂ ਸਾਰਾ ਕੁਝ ਦੇਖਿਆ। ਇਸ ਤੋਂ ਇਲਾਵਾ ਮੈਂ ਇਹ ਵੀ ਦੇਖਿਆ ਗਿਆ ਕਿ ਮਸਤਵਾਲਾ ਸਾਹਿਬ ਸਾਡੀ ਬੜੀ ਜਿਹੜੀ ਸਿੱਖਾਂ ਸੰਤ ਬਾਬਾ ਬਹਾਦਰ ਸਿੰਘ ਜੀ ਦੀ ਮਹਾਨ ਧਰਤੀ ਹੈ, ਉੱਥੇ ਮੁਲਾਜ਼ਮਾਂ ਨੂੰ ਵੀ ਉੱਥੇ ਬੁਲਾ ਬੁਲਾ ਕੇ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੇ ਪਿੰਡਾਂ ਵਿੱਚ ਜਾਓ, ਉੱਥੋਂ ਬੱਸਾਂ ਲੈ ਕੇ ਆਓ ਭਰ ਭਰ ਕੇ। ਦਿੱਲੀ ਦੇ ਵਿੱਚ ਜਿਹੜੇ ਹਾਲਾਤ ਹੋ ਰਹੇ ਉਹਨੂੰ ਕਿਵੇਂ ਦੇਖਦੇ? ਦੇਖੋ ਹਾਲਾਤ ਤਾਂ ਜਿਹੜੇ ਹੈ ਅੱਜ ਮੈਂ ਸਮਝਦਾ ਇਹਦੇ ਉੱਤੇ ਖਾਸ ਧਿਆਨ ਦੇਣਾ ਚਾਹੀਦਾ, ਬੜੇ ਸਾਡੇ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਅੱਜ ਸਾਰਿਆਂ ਦੇ ਲਈ ਜਿਸ ਤਰ੍ਹਾਂ ਦੇ ਹਾਲਾਤ ਹੋਏ ਨੇ, ਔਰ ਇਹ ਘੱਟ ਗਿਣਤੀਆਂ ਨੂੰ ਨਾਲ ਲੈ ਕੇ ਚੱਲਣਾ ਜ਼ਰੂਰੀ ਹੁੰਦਾ, ਤਾਂ ਹੀ ਉਹ ਹਾਲਾਤ ਜਿਹੜੇ ਨੇ ਇਹ ਨਾਰਮਲ ਹੋ ਸਕਦੇ ਨੇ। ਕਰਤਾਰਪੁਰ ਡੋਰੀ ਕਰਤਾਰਪੁਰ ਡੋਰੀ ਨੂੰ ਲੈ ਕੇ ਬੀਜੇਪੀ ਤੇ ਕੈਪਟਨ ਸਾਹਿਬ ਨੇ ਕਰਤਾਰਪੁਰ ਦੇ ਬਾਰੇ ਕਿਹਾ, ਕਿਵੇਂ ਕਲੀਨ ਚਿੱਟ ਦਿੱਤੀ ਜੀ? ਉਹ ਬਹੁਤ ਹੀ ਅਫਸੋਸ ਦੀ ਗੱਲ ਹੈ ਕਿ ਉਹ ਸ੍ਰੀ ਕਰਤਾਰਪੁਰ ਸਾਹਿਬ ਗੁਰੂ ਨਾਨਕ ਦੇਵ ਸਾਹਿਬ ਦੀ ਮਹਾਰਾਜ ਦੀ ਉਹ ਪਾਵਨ ਧਰਤੀ ਹੈ ਜਿੱਥੇ ਆਖਰੀ ਸਮੇਂ 'ਤੇ ਉਹਨੇ ਆਪਣਾ ਜੀਵਨ ਗੁਜ਼ਾਰਿਆ, ਕਿਰਤ ਕਰੋ, ਨਾਮ ਜਪੋ, ਵੰਡ ਛਕਣ ਦਾ ਸੰਦੇਸ਼ ਦਿੱਤਾ। 70 ਸਾਲ ਤੋਂ ਸਿੱਖ ਸੰਗਤਾਂ ਨਾਨਕ ਨਾਮ ਲੇਵਾ ਅਰਦਾਸਾਂ ਕਰਦੀਆਂ ਸੀਆਂ ਕਿ ਖੁੱਲ੍ਹੇ ਦਰਸ਼ਨ ਦਿਦਾਰੇ ਹੋਣ, ਤਾਂ ਦੋਨਾਂ ਸਰਕਾਰਾਂ ਨੇ ਫੈਸਲਾ ਕੀਤਾ, ਪਾਕਿਸਤਾਨ ਦੀ ਨੇ ਅਤੇ ਭਾਰਤ ਸਰਕਾਰ ਨੇ ਫੈਸਲਾ ਕਰਕੇ ਉਹ ਲਾਂਘਾ ਖੋਲ੍ਹਿਆ। ਲੋਕਾਂ 'ਚ ਬਹੁਤ ਵੱਡੀ ਖੁਸ਼ੀ ਇਸ ਗੱਲ ਦੀ ਹੋਈ ਸੀ, ਲੇਕਿਨ ਬੜੇ ਦੁੱਖ ਦੀ ਗੱਲ ਹੈ ਕਿ ਜਿਸ ਤਰ੍ਹਾਂ DGP ਪੰਜਾਬ ਨੇ ਉਹ ਕਿਹਾ ਕਿ ਉਹਦੇ ਨਾਲ ਇਸ ਤਰ੍ਹਾਂ ਹੋਇਆ ਕਿ ਸਿੱਖੀ ਸਰੂਪ ਦੇ ਵਿੱਚ ਵੀ ਵਾਰ ਕੀਤਾ, ਉਹਨਾਂ ਨੇ ਸਿੱਖਾਂ ਦੇ ਉੱਤੇ ਹੀ ਵਾਰ ਕੀਤਾ, ਹਰ ਸਿੱਖ ਨੂੰ ਅੱਤਵਾਦੀ ਕਹਿਣਾ ਕਿ ਉਹ ਤਾਂ ਅੱਤਵਾਦੀ ਬਣ ਜਾਏਗਾ, ਇਹ ਸਾਰਿਆਂ ਦੇ ਮਨਾਂ ਦੇ ਵਿੱਚ ਬਹੁਤ ਵੱਡਾ ਰੋਸ ਪਾਇਆ ਜਾ ਰਿਹਾ, ਔਰ ਸਾਰੀ ਜਿਹੜੀ ਸਿੱਖ ਸੰਗਤ ਦੇ ਮਨਾਂ ਉੱਤੇ ਇਸ ਗੱਲ ਦੀ ਸੱਟ ਵੱਜੀ ਹੈ। ਸੋ ਮੈਂ ਸਮਝਦਾ ਇਹਦੇ ਉੱਤੇ ਕੋਈ ਸਖਤ ਐਕਸ਼ਨ ਲੈਣਾ ਚਾਹੀਦਾ ਤਾਂ ਕਿ ਸਿੱਖਾਂ ਦੇ ਜਿਹੜੇ ਮਨ ਦੇ ਵਿੱਚ ਰੋਸ ਹੈ ਉਹ ਖਤਮ ਹੋਵੇ। ਦੇਖੋ ਚੋਣਾਂ ਤਾਂ ਕਾਨੂੰਨ ਮੁਤਾਬਕ ਹੋਣਗੀਆਂ, 16 ਦੇ ਵਿੱਚ ਸਾਡਾ ਹਾਊਸ ਜਿਹੜਾ ਸੀ ਉਹ ਹੋਇਆ ਸੀ, ਅਤੇ ਜਾ ਕੇ ਅੱਗੇ 20-21 ਦੇ ਵਿੱਚ ਜਿਹੜਾ ਜਾ ਕੇ ਉਹਨੇ ਨਵੰਬਰ ਦੇ ਵਿੱਚ 5 ਸਾਲ ਪੂਰੇ ਹੋਣੇ ਨੇ ਜੋ ਸਾਡਾ ਹੁਣ ਹਾਊਸ ਨਵੇਂ ਜਿਹੜੇ ਮੈਂਬਰ ਬਣੇ ਨੇ ਉਹ ਅਧਿਕਾਰ ਹੀ 16 'ਚ ਮਿਲੇ ਨੇ, ਸੋ 5 ਸਾਲ ਦੇ ਤਾਂ ਉਹ ਸਮਾਂ ਲਾਉਣਗੇ ਲਾਉਣਗੇ। ਉਹਦੇ ਸੰਬੰਧੀ ਕੇਸ ਵੀ ਸਾਡੇ ਵੱਖ ਵੱਖ ਚੱਲ ਰਹੇ ਨੇ, ਇੱਕ ਵੱਖਰੀ ਜਿਹੜੀ ਕਮੇਟੀ ਦਾ ਹੈਗਾ ਹਰਿਆਣੇ ਦਾ ਉਹਦਾ ਵੀ ਕੇਸ ਚੱਲ ਰਿਹਾ, ਔਰ ਸਹਿਜਧਾਰੀ ਸਿੱਖਾਂ ਦਾ ਵੀ ਕੇਸ ਚੱਲ ਰਿਹਾ, ਕੁਝ ਮੈਂਬਰਾਂ ਨੇ ਵੀ ਕੇਸ ਕੀਤੇ ਨੇ ਕਿ ਸਾਨੂੰ ਪੂਰੇ 5 ਸਾਲ ਜਿਹੜੇ ਮਿਲਣੇ ਚਾਹੀਦੇ ਨੇ। ਇਹ ਸਾਰੇ ਜਦੋਂ ਕੇਸਾਂ ਦਾ ਨਿਪਟਾਰਾ ਹੋਊਗਾ ਅਤੇ ਫਿਰ ਹੀ ਜਿਹੜੀਆਂ ਚੋਣਾਂ ਹੋ ਸਕਦੀਆਂ ਨੇ।